ਗੁੱਡ ਈਵਨਿੰਗ ਐਵਰੀਬਾਡੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਐਰੂਡੀਸ਼ਨ ਸਟੱਡੀਜ਼ ਅਫੀਸ਼ੀਅਲ ਚੈਨਲ ਤੇ ਜਿੱਥੇ ਅਸੀਂ ਕਰ ਰਹੇ ਹਾਂ ਜੀ ਪੰਜਾਬੀ ਦੀ ਤਿਆਰੀ ਜਿਸ ਦੇ ਵਿੱਚ UGC ਦੇ ਲਈ ਮਾਸਟਰ ਕੇਡਰ ਦੇ ਲਈ ਲੈਕਚਰਰ ਦੇ ਲਈ ਹਰ ਇੱਕ ਪੇਪਰ ਪੁਆਇੰਟ ਆਫ View ਦੇ ਨਾਲ ਇਹ ਵਾਲੇ ਸੈਸ਼ਨ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਆ ਸਪੈਸੀਫਿਕ ਅਗਰ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਰਾਈਟ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਰ ਰਹੇ ਹਾਂ ਆਧੁਨਿਕ ਕਾਵਨ ਨੂੰ आधुनिक ਕਾਵ ਦੇ ਵਿੱਚ ਜਿਹੜੇ ਸਾਡੇ ਅੱਜ ਦੇ ਕਵੀ ਰਹਿਣਗੇ ਉਹ ਸੌਰੀ ਲੇਖਕ ਹੈਗੇ ਨੇ ਉਹ ਰਹਿਣਗੇ ਜੇ ਜਸਵੰਤ ਸਿੰਘ ਨਿੱਕੀ ਓਕੇ ਬਿਨਾਂ ਦੇਰ ਕੀਤੇ ਫਿਰ ਸ਼ੁਰੂ ਕਰਦੇ ਹਾਂ ਬਿਕਾਜ਼ ਮੈਨੂੰ ਨਹੀਂ ਪਤਾ ਕਿੰਨੀ देर ਮੈਂ ਬੋਲ ਪਾਉਂਗੀ ਰਾਈਟ ਥੈਟ ਇਜ਼ ਵਾਈ ਆਪਾਂ ਸਟਾਰਟ ਕਰਦੇ ਹਾਂ ਜਿਹੜੇ ਸਟੂਡੈਂਟਸ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਆ ਉਹਨਾਂ ਨੂੰ ਦੱਸ ਦਿਆਂ ਕਿ ਡੇਲੀ 8 ਵਜੇ ਸਾਡੀ ਲਾਈਵ ਕਲਾਸ ਹੁੰਦੀ ਹੈ ਜਿਸ ਦੇ ਵਿੱਚ ਅਸੀਂ ਇੱਕ ਸਾਹਿਤਕਾਰ ਨੂੰ ਕਵਰ ਕਰਦੇ ਹਾਂ ਪ੍ਰਸ਼ਨ ਰੱਖਦੇ ਹਾਂ 15 ਬਟ ਹਰ ਇੱਕ ਪ੍ਰਸ਼ਨ ਦੇ ਨਾਲ ਰਿਲੇਟ ਕਰਕੇ ਐਕਸਟਰਾ ਫੈਕਟਸ ਨੂੰ ਡਿਸਕਸ ਕਰੀਦਾ ਹੈ ਤੁਸੀਂ ਕਹਿ ਸਕਦੇ ਹੋ ਕਿਰੀਬਨ ਕਰੀਬਨ 40 ਤੋਂ ਲੈ ਕੇ 50 ਪ੍ਰਸ਼ਨ ਹੁੰਦੇ ਆ ਜਿਹੜੇ ਅਸੀਂ ਇੱਕ ਸੈਸ਼ਨ ਦੇ ਵਿੱਚ ਲੈ ਜਾਂਦੇ ਆ ਓਕੇ ਪੇਡ ਬੈਚ ਥਿਉਰੀ ਦਾ ਜੁਆਇਨ ਕਰਨ ਦੇ ਲਈ ਤੁਸੀਂ ਨੀਚੇ ਦਿੱਤੇ ਹੋਏ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਸ਼ੁਰੂ ਕਰਦੇ ਆ ਫਿਰ ਪਹਿਲੇ ਦਿਨ ਦਾ ਜਸਵੰਤ ਸਿੰਘ ਨੇਕੀ ਜੀ ਦੇ ਬਾਰੇ ਵਿੱਚ ਪੜਨਾ ਪਹਿਲਾ ਪ੍ਰਸ਼ਨ ਹੈ ਜਸਵੰਤ ਸਿੰਘ ਨੇਕੀ ਵਿਦਿਆਰਥੀ ਜੀਵਨ ਵਿੱਚ ਕਿਹੜਾ ਤਖੱਲਸ ਵਰਤਦੇ ਸੀ ਮੁਕਤਾਸ਼ੀ ਮੁਲਤਾਸ਼ੀ ਨੇਕੀ ਸੀਤਲ ਪਹਿਲੇ ਪ੍ਰਸ਼ਨ ਦੇ ਲਈ ਆਨਸਰ ਕਰੋ ਜੀ ਬਹੁਤ ਬਹੁਤ ਪਿਆਰ ਭਰੀ ਸਸ਼ੀਕਾਲ ਜੀ ਸਾਰਿਆਂ ਨੂੰ ਹਾਂਜੀ ਅ ਸਕਰੀਨ ਬਲੈਕ ਆ ਰਹੀ ਹੈ ਕਿ ਸਾਰਿਆਂ ਦੇ ਕੋਲ ਸਕਰੀਨ ਬਲੈਕ ਆ ਰਹੀ ਹੈ ਕਿਉਂਕਿ ਜੋ ਮੈਨੂੰ ਮੇਰੇ ਸਾਹਮਣੇ ਸੈਂਪਲ ਆ ਰਿਹਾ ਹੈ ਉਹ ਤਾਂ ਸਹੀ ਆ ਰਿਹਾ ਹੈ ਪਲੀਜ਼ ਮੈਨੂੰ ਇੱਕ ਵਾਰੀ ਕਲੀਅਰ ਕਰੋਗੇ ਸਕਰੀਨ ਆ ਰਹੀ ਹੈ ਓਕੇ ਪਹਿਲੇ ਦਾ ਆਨਸਰ ਬੀ ਆ ਰਿਹਾ ਹੈ ਯਾਨੀ ਕਿ ਮਲਤਾਸ਼ੀ ਬਿਲਕੁਲ ਸਹੀ ਉੱਤਰ ਹੈ ਜਸਵੰਤ ਸਿੰਘ ਨੇਕੀ ਜੀ ਬਾਰੇ ਸਾਨੂੰ ਵੈਸੀ ਬਹੁਤ ਕੁਝ ਪਤਾ ਆ ਕਿ ਇਹ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਇੰਟੈਲੀਜੈਂਸੀ ਰਾਈਟ ਜੇ ਤੁਸੀਂ ਮੁੱਢਲੀ ਜਾਣਕਾਰੀ ਲੈਣੀ ਹੈ ਤਾਂ ਉਹਦੇ ਲਈ ਤੁਸੀਂ ਐਰੂਡੀਸ਼ਨ ਸਟੱਡੀਜ਼ ਦੀ ਪਲੇਲਿਸਟ ਵਿੱਚ ਚਲੇ ਜਾਣਾ ਉਹਦੇ ਵਿੱਚੋਂ ਆਧੁਨਿਕ ਕਾਵ ਦੀ ਪਲੇਲਿਸਟ ਕੱਢਣਾ ਉਹਦੇ ਵਿੱਚੋਂ ਜਸਵੰਤ ਸਿੰਘ ਕੱਢਣਾ ਔਰ ਤੁਹਾਨੂੰ ਮੁੱਢਲੀ ਜਾਣਕਾਰੀ ਵੀ ਉੱਥੇ ਮਿਲ ਜਾਏਗੀ ਓਕੇ ਇਸ ਵਾਰੀ ਆਪਾਂ ਇਹ ਨਹੀਂ ਕਰ ਰਹੇ ਓਕੇ ਰਾਈਟ ਇਸ ਵਾਰੀ ਜਿਹੜੇ ਕੁਐਸਚਨਸ ਹੈਗੇ ਨੇ ਥੋੜੇ ਅਲੱਗ ਤੋਂ ਹੁੰਦੇ ਆ ਤਾਂ ਸਭ ਤੋਂ ਪਹਿਲੀ ਚੀਜ਼ ਕਿ ਇਹਨਾਂ ਨੇ ਜਦੋਂ ਵਿਦਿਆਰਥੀ ਜੀਵਨ ਦੇ ਵਿੱਚ ਲਿਖਿਆ ਉਦੋਂ ਮੁਲਤਾਸ਼ੀ ਤਖੱਲਸ ਨੂੰ ਵਰਤਦੇ ਹੁੰਦੇ ਸੀ ਓਕੇ ਤੇ ਬੜੇ ਬਾਅਦ ਦੇ ਵਿੱਚ ਜਾ ਕੇ ਇਹਨਾਂ ਨੇ ਨੇਕੀ ਤਖੱਲਸ ਦੀ ਵਰਤੋਂ ਕਰਨੀ ਸਟਾਰਟ ਕੀਤੀ ਸੀ ਓਕੇ ਦੂਸਰਾ ਪ੍ਰਸ਼ਨ ਦੇਖੋ ਜਤਸਵੰਤ ਸਿੰਘ ਨੇਕੀ ਨੇ ਹੇਠਾਂ ਵਿੱਚੋਂ ਕਿਹੜੀ ਨੌਕਰੀ ਕੀਤੀ ਮੈਡੀਕਲ ਕਾਲਜ ਵਿੱਚ ਅਧਿਆਪਕ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਵਿੱਚ ਮਨੋਚਿਕਿਤਸਕ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਡਾਇਰੈਕਟਰ ਜਾਂ ਫਿਰ ਸਾਰੇ ਪ੍ਰਸ਼ਨ ਨੰਬਰ 2 ਦੇ ਲਈ ਕੀ ਉੱਤਰ ਹੋਏਗਾ ਸ਼ਾਬਾਸ਼ ਓਕੇ ਜਖਸੀਰ ਜੀ ਠੀਕ ਹੈ ਹਾਂਜੀ ਦੂਸਰੇ ਦਾ ਉੱਤਰ ਕਰੂ ਕੀ ਹੋਣਾ ਦੂਜੇ ਦੇ ਲਈ ਆਨਸਰ ਆ ਰਿਹਾ ਹੈ ਡੀ ਬਿਲਕੁਲ ਠੀਕ ਹੈ ਸਾਰਿਆਂ ਦੀਆਂ ਸਾਰੀਆਂ ਨੌਕਰੀਆਂ ਮੈਂ ਤੁਹਾਨੂੰ ਹੁਣੇ ਕੀ ਦੱਸਿਆ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ ਓਕੇ ਈਵਨ ਅਨਾਨੇ ਬਲੋਚਿਸਤਾਨ ਦੇ ਵਿੱਚ ਨਾ ਜਦੋਂ 10ਵੀਂ ਪਾਸ ਕੀਤੀ ਉਦੋਂ ਸਭ ਤੋਂ ਵੱਧ ਨੰਬਰ ਲੈ ਤੇ ਸਿਰਫ ਵੱਧ ਨੰਬਰ ਹੀ ਨਹੀਂ ਲੇ ਬਲਕਿ ਰਿਕਾਰਡ ਵੀ ਬਣਾਇਆ ਸੀ ਓਕੇ ਐਨੇ ਜ਼ਿਆਦਾ ਇੰਟੈਲੀਜੈਂਟ ਸੀਗੇ ਇਸ ਕਰਕੇ ਇਹਨਾਂ ਨੂੰ ਬਹੁਤ ਸਾਰੀਆਂ ਨੌਕਰੀਆਂ ਮਿਲੀਆਂ ਸਭ ਤੋਂ ਪਹਿਲੀ ਚੀਜ਼ ਅਮ੍ਰਿਤਸਰ ਤੋਂ ਇਹਨਾਂ ਨੇ ਨਾ ਐਮਬੀਬੀਐਸ ਦੀ ਡਿਗਰੀ ਹਾਸਲ ਕੀਤੀ ਸੀ ਹੁਣ ਤੁਸੀਂ ਸੋਚੋ ਜਿਹੜੀ ਜਗ੍ਹਾ ਤੇ ਤੁਸੀਂ ਕਾਲਜ ਦੇ ਵਿੱਚ ਪੜ ਰਹੇ ਹੋ ਉਸੇ ਹੀ ਜਗ੍ਹਾ ਤੇ ਤੁਹਾਨੂੰ ਅਧਿਆਪਨ ਕਰਨ ਦਾ ਮੌਕਾ ਮਿਲੇ ਤਾਂ ਕਿੰਨਾ ਜ਼ਿਆਦਾ ਤੁਹਾਨੂੰ ਲੱਗੇਗਾ ਨਾ ਕਿ ਵਾਓ ਕੀ ਮਤਲਬ ਅਸੀਂ ਇੱਕ ਕੁਝ ਪ੍ਰਾਪਤ ਕੀਤਾ ਹੈ ਰਾਈਟ ਬਿਲਕੁਲ ਇਹੀ ਇਹਨਾਂ ਨਾਲ ਹੋਇਆ ਸੀ ਅਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਅਧਿਆਪਕ ਦੀ ਨੌਕਰੀ ਕੀਤੀ ਫਿਰ ਇਹ 10 ਸਾਲ ਲਈ 88 ਤੋਂ ਲੈ ਕੇ 78 ਤੱਕ ਦੇ ਟਾਈਮ ਦੇ ਵਿੱਚ ਦਿੱਲੀ ਦੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਵਿੱਚ ਇੱਕ ਤਾਂ ਮਨੋਚਿਕਿਤਸਕ ਵਿਭਾਗ ਦੇ ਵਿੱਚ ਮੁਖੀ ਰਹੇ ਨਾਲ ਦੇ ਨਾਲ ਐਜ਼ ਅ ਪ੍ਰੋਫੈਸਰ ਵੀ ਇਹਨਾਂ ਨੇ ਕੰਮ ਕੀਤਾ ਰਾਈਟ ਇਸ ਤੋਂ ਬਾਅਦ ਫਿਰ ਚੰਡੀਗੜ੍ਹ ਦੀ ਗੱਲ ਕਰੋ ਤਾਂ 78 ਤੱਕ ਤਾਂ ਉੱਥੇ ਕੰਮ ਕੀਤਾ ਫਿਰ 78 ਤੋਂ 81 ਤੱਕ ਇਹ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਡਾਇਰੈਕਟਰ ਵੀ ਬਣੇ ਨੇ ਓਕੇ ਹਾਂਜੀ ਪ੍ਰੀਤ ਜੀ ਬਸ ਥੋੜਾ ਜਿਹਾ ਲਾਈਕ ਗਲਾ ਥੋੜਾ ਜਿਹਾ ਹੈਗਾ ਖਰਾਬ ਜਿਹਾ बट अदरवाइज आई एम ओके चलो तीसरा देखिए जसवंत सिंह ने भाई वीर सिंह साहित सदन किस पद से रहे प्रधान उप प्रधान जनरल तीसरे प्रश्न की उत्तर होगा हां क्वेश्चन नंबर थ्री आंसर करो प्लीज ਮੇਰੇ ਕੋਲ ਆਨਸਰ ਲੇਟ ਆ ਰਿਹਾ ਹੈ ਜਾਂ ਤੁਹਾਡੇ ਕੋਲ ਹੀ ਲੇਟ ਨੇ ਓਕੇ 3 ਦਾ ਆਨਸਰ ਬੀ ਆ ਰਿਹਾ ਹੈ ਸ਼ਾਬਾਸ਼ ਬਿਲਕੁਲ ਠੀਕ ਹੈ ਇਹ ਸੀਗੇ ਉਪ ਪ੍ਰਧਾਨ ਠੀਕ ਹੈ ਜੀ ਕਿਹੜੇ ਸਦਨ ਦੇ ਪਾਈ ਵੀਰ ਸਿੰਘ ਸਾਹਿਤ ਸਦਨ ਦੇ ਓਕੇ ਤਾਂ ਹੁਣ ਤੁਸੀਂ ਗਿਣਦੇ ਜਾਓ ਜਰਾ ਕਿ ਇਹਨਾਂ ਨੂੰ ਕਿੰਨੀਆਂ ਕੁ ਨੌਕਰੀਆਂ ਮਿਲ ਰਹੀਆਂ ਆ ਕਿੰਨੇ ਕੁ ਪਦਾਂ ਦੇ ਉੱਪਰ ਇਹ ਰਹੇ ਨੇ ਚੌਥਾ ਇਹ ਮੇਰੇ ਅਕੋਰਡਿੰਗ ਬਹੁਤ ਇੰਪੋਰਟੈਂਟ ਹੈ ਉਸ ਅੰਤਰਰਾਸ਼ਟਰੀ ਸੰਸਥਾ ਦਾ ਨਾਮ ਦੱਸੋ ਜਿਸ ਦੇ ਵਿੱਚ ਜਸਵੰਤ ਸਿੰਘ ਨੇ ਕੀ ਮੈਂਬਰ ਰਹੇ ਆ डबल्यू यानी वर्ल्ड हेल्थ ऑर्गेनाइजेशन, यूनेस्को आई एम एफ यानी इंटरनेशनल मॉनिटरी फंड या फिर वर्ल्ड बैंक उत्तर करो प्रश्न नंबर चार की आंसर होगा? वैसे तो चारों दारों ही इंटरनेशनल लैवल बिल्कुल बिल्कुल सही उत्तर शाबाश तीसरे दस ठीक है चौथा दसो <coughs> चौथे आंसर आ रहा ए अच्छा, बोल रहे हो ਮਿਲ ਗਿਆ ਸ਼ਾਇਦ ਆਡਾ ओके ਬਿਲਕੁਲ ਸਹੀ ਇਹ ਹੈ ਜੀ World Health Organization ओके okay, WHO ਮਤਲਬ ਪੰਜਾਬੀ ਚ ਕੀ ਕਹਾਂਗੇ ਵਿਸ਼ਵ ਸਿਹਤ ਸੰਸਥਾ ओके ਹੁਣ ਕਿੰਨਾ ਜ਼ਿਆਦਾ ਗਿਆਨ ਹੈ ਇਸ ਪਰਸਨ ਕੋਲ ਨੂੰ ਇਮੇਜਿਨ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਰਾਈਟ ਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਹਨਾਂ ਦੀ ਰਚਨਾਵਾਂ ਵਿੱਚ ਹੀ ਮਿਲਣਗੀਆਂ ਕਿ ਐਨਾ ਜ਼ਿਆਦਾ ਲਾਈਕ ਇੰਟੈਲੈਕਚੁਅਲ ਪਰਸਨ ਹੈਗੇ ਨੇ ਜਦੋਂ ਰਚਨਾਵਾਂ ਪੜ੍ਹਦੇ ਆ ਸਾਨੂੰ ਸਮਝ ਵੀ ਆਉਂਦੀ ਹੈ ਕਿ ਐਸ ਸੰਸਾਰ ਤੋਂ ਕਿਤੇ ਪਰੇ ਦੀਆਂ ਹੀ ਚੀਜ਼ਾਂ ਲਿਖਦੇ ਨੇ ਉਹ ਓਕੇ ਅੱਗੇ ਜਸਵੰਤ ਸਿੰਘ ਨੇਕੀ ਨੂੰ ਜਾਣਿਆ ਜਾਂਦਾ ਹੈ ਨਵ ਰਸਵਾਦੀ ਦੇ ਤੌਰ ਤੇ ਪ੍ਰਾ ਭੌਤਿਕ ਸਾਹਿਤਕਾਰ ਦੇ ਤੌਰ ਤੇ ਦੋਵੇਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਪੰਜਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਹੋਏਗਾ ਹਾਂਜੀ ਜਸਵੰਤ ਸਿੰਘ ਨੇਕੀ ਨੂੰ ਕਿਸ ਵਜੋਂ ਜਾਣਦੇ ਨੇ ਸ਼ਾਬਾਸ਼ ਸ਼ਾਬਾਸ਼ ਬਿਲਕੁਲ ਸਹੀ ਬਹੁਤ ਅੱਛਾ ਕਰਦੇ ਪਏ ਸਾਰੇ ਜਣੇ ਵੈਰੀ ਗੁੱਡ ਸ਼ਾਬਾਸ਼ 5ਵਾਂ ਆਨਸਰ ਸੀ ਆ ਰਿਹਾ ਹੈ ਮਤਲਬ ਕਿ ਦੋਵੇਂ ਹੀ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਕਿ ਇਹ ਬਹੁਤ ਜ਼ਿਆਦਾ ਇੰਟੈਲੈਕਚੁਅਲ ਪਰਸਨ ਨੇ ਰਾਈਟ ਤੇ ਜਦੋਂ ਇਹ ਆਪਣੀਆਂ ਰਚਨਾਵਾਂ ਲਿਖਦੇ ਸੀ ਤਾਂ ਐਦਾਂ ਨਹੀਂ ਕਿ ਹਰ ਆਮ ਇਨਸਾਨ ਬੜੇ ਆਰਾਮ ਦੇ ਨਾਲ ਸਮਝ ਲੈਂਦਾ ਸੀ ਐਦਾਂ ਲੱਗਦਾ ਸੀ ਕਿ ਇਹ ਨਾ ਭੌਤਿਕਤਾ ਤੋਂ ਬੜਾ ਪਰੇ ਪਰੇ ਜਾ ਕੇ ਲਿਖਦੇ ਨੇ ਕੈਨ ਦਾ ਮਤਲਬ ਕਿ ਜਿਹੜੀਆਂ ਚੀਜ਼ਾਂ ਸਾਨੂੰ ਸਥੂਲ ਭਾਵ ਦੇ ਵਿੱਚ ਦਿਖਾਈ ਨਹੀਂ ਦਿੰਦੀਆਂ ਓਕੇ ਤਾਂ ਇਸ ਲਈ ਇਹਨਾਂ ਨੂੰ ਬੋਲਿਆ ਗਿਆ ਪ੍ਰਾਪੌਤਿਕ ਸਾਹਿਤਕਾਰ ਨਾਲ ਦੇ ਨਾਲ ਇਹਨਾਂ ਨੂੰ ਸਿਰਫ ਰਹਸਵਾਦੀ ਨਹੀਂ ਕਿਹਾ ਗਿਆ ਬਲਕਿ ਇਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਨੇ ਨਵ ਰਹਸਵਾਦ ਨੂੰ ਆਪਣੀਆਂ ਰਚਨਾਵਾਂ ਦੇ ਵਿੱਚ ਪੇਸ਼ ਕੀਤਾ ਓਕੇ ਇਸ ਕਰਕੇ ਇਹਨਾਂ ਨੂੰ ਨਵ ਰਹਸਵਾਦੀ ਔਰ ਪ੍ਰਾਪੋਤਿਕ ਸਾਹਿਤਕਾਰ ਦੇ ਤੌਰ ਦੇ ਉੱਪਰ ਜਾਣਿਆ ਜਾਂਦਾ ਸੀ 6ਵਾਂ ਪ੍ਰਸ਼ਨ ਹੈ ਜਸਵੰਤ ਸਿੰਘ ਨੇ ਕੀ ਵਿਦਿਆਰਥੀ ਜੀਵਨ ਵਿੱਚ ਕਿਸ ਦੇ ਨਜ਼ਦੀਕ ਰਹੇ ਭਾਈ ਵੀਰ ਸਿੰਘ ਕਿਰਪਾਲ ਸਿੰਘ ਕਸੇਲ ਮਾਸਟਰ ਤਾਰਾ ਸਿੰਘ ਜਾਂ ਫਿਰ ਸਾਰੇ ਸ਼ਾਬਾਸ਼ ਭਪਿੰਦਰ ਜੀ ਬਿਲਕੁਲ ਨਵ ਰਹਸਵਾਦ ਦਾ ਤਾਰਾ एब्सोल्युटली राइट चमेली आंसर करो फिर क्या होगा शाबाश छेवेदा सी मास्टर तारा सिंह बिल्कुल ठीक है उन मास्टर तारा सिंह जी बारे सारे जानते नहीं अगर खास करके से पंजाब च रहंदे हां फिर तो सानू पता ही होगा राइट कि उन्हें मास्टर तारा सिंह इनहा दे बहुत ज्यादा नजदीकी ने इस कर के कहंदे है कि क्योंकि ये मास्टर तारा सिंह जी दे नजदीकी सी ਇਸ ਲਈ ਬਹੁਤ ਹੀ ਇੰਪੋਰਟੈਂਟ ਆਰਗੇਨਾਈਜੇਸ਼ਨ ਸੀ ਫੈਡਰੇਸ਼ਨ ਸੀ ਜਿਸ ਦੇ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਨਾਮ ਕੀ ਹੈ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਠੀਕ ਹੈ ਐਂਡ ਇਹ ਪ੍ਰਧਾਨ ਵੀ ਰਹੇ ਸੀ ਓਕੇ ਅੱਗੇ ਦੇਖਦੇ ਹਾਂ ਸਤਵਾਂ ਪ੍ਰਸ਼ਨ ਜਸਵੰਤ ਸਿੰਘ ਨੇਕੀ ਦੀ ਪਹਿਲੀ ਕਵਿਤਾ ਦਾ ਵਿਸ਼ਾ ਕੀ ਸੀ ਸੰਤਾਲੀ ਦੀ ਵੰਡ 84 ਦੇ ਦੰਗੇ ਦੇਸ਼ ਭਗਤੀ ਜਾਂ ਫਿਰ ਇਸਤਰੀ ਦੀ ਮਨੁਦਸ਼ਾ प्रश्न नंबर सात दे आंसर करो की होगा शाबाश हां जी जी की उत्तर होगा हां सत्तवी का आंसर आ रहा है सी मतलब कि देश भगती बिल्कुल सही उत्तर है आप देखते हैं कि छोटे हों ती तो एना ने लिखण की शुरुआत कर दी सी ਹੈ ਨਾ ਤੇ ਫਿਰ ਜਦੋਂ ਇਹਨਾਂ ਨੇ ਆਪਣੀ ਪਹਿਲੀ ਰਚਨਾ ਲਿਖੀ ਉਦੋਂ ਇਹਨਾਂ ਦੀ ਉਮਰ ਸੀ ਸਿਰਫ ਔਰ ਸਿਰਫ 12 ਸਾਲ ਠੀਕ ਹੈ ਯਾਨੀ ਕਿ 1937 ਦੇ ਨੇੜੇ ਤੇੜੇ ਇਹਨਾਂ ਨੇ ਇਹ ਰਚਨਾ ਲਿਖੀ ਸੀਗੀ ਔਰ ਐਦਾ ਵਿਸ਼ਾ ਵੀ ਦੇਸ਼ ਭਗਤੀ ਹੀ ਸੀ ਤਾਂ ਸਾਨੂੰ ਇਹ ਸਮਝ ਆ ਰਹੀ ਹੈ ਕਿ ਸਾਹਿਤ ਦੀ ਤਾਂ ਇਹਨਾਂ ਨੂੰ ਸਮਝ ਹੈ ਹੀ ਨਾਲ ਦੇ ਨਾਲ ਦੇਸ਼ ਪਿਆਰ ਵੀ ਇਹਨਾਂ ਚ ਬਹੁਤ ਜ਼ਿਆਦਾ ਸੀ ਓਕੇ 8ਵਾਂ ਜਸਵੰਤ ਸਿੰਘ ਨੇਕੀ ਨੇ ਕਿਸ ਭਾਸ਼ਾ ਵਿੱਚ ਲਿਖਣ ਦੀ ਸ਼ੁਰੂਆਤ ਕੀਤੀ ਦੋ ਤਰ੍ਹਾਂ ਦੇ ਪ੍ਰਸ਼ਨ ਆਣਗੇ 8ਵਾਂ ਤੇ 9ਵਾਂ ਧਿਆਨ ਨਾਲ ਸਮਝਣਾ ਕਿਉਂਕਿ ਪ੍ਰਸ਼ਨ ਅਲੱਗ ਹੈਗਾ ਆ ਕਿਤੇ ਕਨਫਿਊਜ਼ ਨਹੀਂ ਹੋਣਾ ਓਕੇ ਅੰਗਰੇਜ਼ੀ ਉਰਦੂ ਪੰਜਾਬੀ ਅਰਬੀ ਪ੍ਰਸ਼ਨ ਨੰਬਰ 8 ਦੇ ਲਈ ਆਨਸਰ ਕਰੋ ਜਰਾ ਕੀ ਹੋਏਗਾ ਕਿਹੜੀ ਭਾਸ਼ਾ ਦੇ ਵਿੱਚ ਲਿਖਣ ਦੀ ਸ਼ੁਰੂਆਤ ਕਰਦੇ ਨੇ ਇਹ 8ਵਾਂ ਲਈ ਆਨਸਰ ਆ ਰਿਹਾ ਹੈ ਬੀ ਮਤਲਬ ਕਿ ਉਰਦੂ ਭਾਸ਼ਾ ਬਿਲਕੁਲ ਸਹੀ ਹੈ ਅਸੀਂ ਦੇਖਿਆ ਸੀਗਾ ਕਿ ਜਦੋਂ ਇਹ ਬਚਪਨ ਦੇ ਵਿੱਚ ਪੜ੍ਹਿਆ ਤਾਂ ਮੇਨਲੀ ਇਹਨਾਂ ਨੇ ਉਰਦੂ ਭਾਸ਼ਾ ਦੇ ਵਿੱਚ ਹੀ ਆਪਣੀ ਪੜ੍ਹਾਈ ਹਾਸਲ ਕੀਤੀ ਹੈ ਹੈਨਾ ਤੇ ਹੁਣ ਜਿਹੜੀ ਚੀਜ਼ ਅਸੀਂ ਜ਼ਿਆਦਾ ਸਿੱਖੀ ਹੋएगी ਆਬਵੀਅਸਲੀ ਸਾਨੂੰ ਉਸੇ ਲੈਂਗੁਏਜ ਦੇ ਵਿੱਚ ਸਾਨੂੰ ਕੰਫਰਟ ਜ਼ੋਨ ਮਹਿਸੂਸ ਹੁੰਦਾ ਹੈ ਹੈਨਾ ਇਸ ਲਈ ਉਸੇ ਭਾਸ਼ਾ ਦੇ ਵਿੱਚ ਇਹਨਾਂ ਨੇ ਲਿਖਣਾ ਸਟਾਰਟ ਕੀਤਾ ਸੀ ਤਾਂ ਫਿਰ ਉਰਦੂ ਵਿੱਚ ਇਹਨਾਂ ਦੀ ਜਿਹੜੀ ਸ਼ੁਰੂਆਤ ਹੋਈ ਹੈ ਪਰ ਅਗਲਾ ਪ੍ਰਸ਼ਨ ਧਿਆਨ ਨਾਲ ਦੇਖੋ ਜਸਵੰਤ ਸਿੰਘ ਨੇ ਪਹਿਲਾ ਪਹਿਲ ਕਿਸ ਭਾਸ਼ਾ ਵਿੱਚ ਕਵਿਤਾ ਲਿਖਣ ਦੀ ਕੋਸ਼ਿਸ਼ ਕੀਤੀ ਠੀਕ ਹੈ ਪ੍ਰਸ਼ਨ ਲਗ ਲਗ ਹੈ ਗਿਆ ਉਰਦੂ ਪੰਜਾਬੀ ਬ੍ਰਜ ਫਾਰਸੀ ਨੋਵੇਂ ਦੇ ਲਈ ਆਨਸਰ ਕਰੋ ਕੀ ਹੋਏਗਾ ਸ਼ਬਾਸ਼ ਹਾਂਜੀ ਗੁਰਮੀਤ ਜੀ ਮੈਨੂੰ ਵੀ ਇਦਾ ਹੀ ਲੱਗਦਾ ਹੈ ਸਸ਼ੀਕਲ ਅਮ੍ਰਿਪਾਲ ਜੀ ਚਲੋ ਨੋਵੇਂ ਦਾ ਆਨਸਰ ਕਰੋ ਕੀ ਹੋਏਗਾ ਓਕੇ ਨੋਮੈਡਲੀ ਅਨਸਰ ਆ ਰਿਹਾ ਹੈ ਸੀ ਮਤਲਬ ਕਿ ਬ੍ਰਜ ਭਾਸ਼ਾ ਹੈ ਨਾ ਹੁਣ ਦੇਖੋ 8ਵਾਂ ਤੇ 9ਵਾਂ ਦੇਖਣ ਦੇ ਵਿੱਚ ਇੱਕ ਤਰ੍ਹਾਂ ਵੈਸੇ ਸੇਮ ਜੇ ਕੁਐਸਚਨਸ ਲੱਗਦੇ ਸੀ ਪਰ ਇਹਨਾਂ ਦੇ ਵਿੱਚ ਫਰਕ ਹੈਗਾ ਆ ਸ਼ੁਰੂ-ਸ਼ੁਰੂ ਦੇ ਚੰਨ ਦਾ ਮੰਨ ਸੀਗਾ ਕਿ ਬ੍ਰਜ ਭਾਸ਼ਾ ਵਿੱਚ ਲਿਖਾਂ ਇਹਨਾਂ ਨੇ ਕਵਿਤਾ ਲਿਖਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਓਕੇ ਤੇ ਇਹਨਾਂ ਦੀ ਜਿਹੜੀ ਪਹਿਲੀ ਰਚਨਾ ਸੀ ਇਹ ਕਿਹੜੇ ਸਮਾਚਾਰ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਖਾਲਸਾ ਸਮਾਚਾਰ ਵਿੱਚ ਓਕੇ ਪਰ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਬ੍ਰਜ ਭਾਸ਼ਾ ਦੇ ਵਿੱਚ ਲਿਖਣ ਨੂੰ ਬਿਲਕੁਲ ਤਿਆਗਤਾ ਸੀਗਾ ਕਿ ਮੈਂ ਇਸ ਲੈਂਗੁਏਜ ਵਿੱਚ ਲਿਖੀ ਨਹੀਂ ਸਕਦਾ ਓਕੇ ਦੱਸਣਾ ਹੈ ਜਸਵੰਤ ਸਿੰਘ ਨੇ ਕੀ ਨੂੰ ਪੰਜਾਬੀ ਲਿਖਣ ਦੀ ਚੇਟਕ ਕਿਸ ਤੋਂ ਲੱਗੀ ਪਾਈ ਵੀ ਸਿੰਘ ਤਨਿਰਾਮ ਚਾਤ੍ਰਿਕ ਨਰਿੰਦਰ ਸਿੰਘ ਜਸਪਾਲ ਸਿੰਘ ਜੱਗੀ ਹਾਂਜੀ ਕੀ ਆਨਸਰ ਹੋਏਗਾ ਪ੍ਰਸ਼ਨ ਨੰਬਰ 10 ਦੇ ਲਈ ਗੁੱਡ ਈਵਨਿੰਗ ਗੁਰੇ ਜੀ ਹਾਂਜੀ 10ਵੀਂ ਦੇ ਲਈ ਆਨਸਰ ਕਰੋ ਪਲੀਜ਼ ਹਾਂ ਸ਼ਾਬਾਸ਼ ਜੀ ਬਿਲਕੁਲ ਇਹੋ ਜਾਣਗੇ ਨਰਿੰਦਰ ਸਿੰਘ ਠੀਕ ਹੈ ਨਾ ਉਹਨਾਂ ਦੀ ਸੋਚ ਦੇ ਘੇਰੇ ਦੇ ਵਿੱਚ ਜਦੋਂ ਆਏ ਆ ਉਹਨਾਂ ਦਾ ਪ੍ਰਭਾਵਿਤ ਹੋ ਕੇ ਇਹਨਾਂ ਨੇ ਪੰਜਾਬੀ ਵਿੱਚ ਲਿਖਣਾ ਸਟਾਰਟ ਕਰਤਾ ਤੇ ਫਿਰ ਉਦੋਂ ਇਹਨਾਂ ਨੇ ਆਧੁਨਿਕ ਪੰਜਾਬੀ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸੀ ਠੀਕ ਹੈ ਤੇ ਕਹਿੰਦੇ ਆ ਕਿ ਜਦੋਂ ਉਸ ਟਾਈਮ ਦੇ ਉੱਪਰ ਕੋਈ ਪੰਜਾਬੀ ਵਿੱਚ ਲਿਖਦਾ ਸੀ ਉਹਨਾਂ ਨੂੰ ਮਿਸਰ ਮਿਲਦਾ ਸੀ ਤਾਂ ਇਹਨਾਂ ਨੂੰ ਮਿਸਰ ਕੀ ਮਿਲਿਆ ਸੀ ਕੋਮਾ ਤਾਂ ਐਵੇਂ ਹੀ ਬਣਦੀਆਂ ਨੇ 11ਵਾਂ ਹੈ ਜਸਵੰਤ ਸਿੰਘ ਨੇ ਕੀਦਾ ਪਹਿਲਾ ਕਾਵ ਸੰਗ੍ਰਹਿ ਦੱਸੋ ਹਿਊਜ ਕੰਪਲੀਮੈਂਟ ਫॉर ਮੀ ਗੁਰੇਕ ਸਿੰਘ ਜੀ ਥੈਂਕ ਯੂ so much ਆਈ ਐਮ ਬlesed ਰੀਲੀ ਥੈਂਕ ਯੂ ਹਾਂਜੀ 11ਵਾਂ ਦਾ ਆਨਸਰ ਦੱਸੋ ਕੀ ਹੋਏਗਾ ਅਸਲੇ ਦੇ ਓਲੇ ਸਦਾ ਵਿਗਾਸ ਇਹ ਮੇਰੇ ਸਲਸੇ ਇਹ ਮੇਰੇ ਗੀਤ ਗੀਤ ਮੇਰਾ ਸੋਇਲਾ ਤੇਰਾ ਇਹ ਰਚਨਾਵਾਂ ਸਾਰੀਆਂ ਜਸਵੰਤ ਸਿੰਘ ਨੇਕੀ ਦੀਆਂ ਹੀ ਨੇ ਓਕੇ ਪਰ ਤੁਸੀਂ ਪਹਿਲਾਂ ਕਾਵ ਸੰਗ੍ਰਹਿ ਦੱਸਣਾ ਗਰਮਨਾ ਇਹ ਆ ਰਿਹਾ ਹੈ ਮਤਲਬ ਅਸਲੇ ਦੇ ਓਲੇ ਬਿਲਕੁਲ ਸਹੀ ਉੱਤਰ ਹੈਗਾ ਆ ਇਹਦੇ ਵਿੱਚ ਇਹਨਾਂ ਨੇ ਦਿਖਾਇਆ ਜਿਹੜੀਆਂ ਵੀ ਰਚਨਾਵਾਂ ਜਿਹੜੀਆਂ ਵੀ ਕਵਿਤਾਵਾਂ 1955 ਤੋਂ ਪਹਿਲਾਂ ਇਹਨਾਂ ਨੇ ਲਿਖੀਆਂ ਸੀ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਓਕੇ ਤੇ ਐਂ ਦੇ ਵਿੱਚ ਇਹਨਾਂ ਦੀ ਸਵੈ અભિવ્યਕਤੀ ਝਲਕਦੀ ਹੈ। ਰਾਈਟ? ਇਹਨਾਂ ਨੇ ਦਿਖਾਇਆ ਮਨੁੱਖੀ ਜ਼ਿੰਦਗੀ ਦੀ ਹਕੀਕਤ ਕੀ ਹੈ। ਇਹਨਾਂ ਨੇ ਦਿਖਾਇਆ ਕੋਈ ਐਦਾਂ ਦਾ ਸੱਚ ਹੈ ਜਿਹੜਾ ਕਿ ਸਾਨੂੰ ਦਿਖਦਾ ਨਹੀਂ ਹੈਗਾ। ਇਸ ਲਈ ਸਾਨੂੰ ਦਾਰਸ਼ਨਿਕ ਅਧਿਐਨ ਕਰਨਾ ਪਏਗਾ। ਸਾਨੂੰ ਵਿਗਿਆਨਿਕ ਦ੍ਰਿਸ਼ਟੀਕੋਣਾਂ ਸੋਚਣ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਹੀ ਅਸੀਂ ਇਹ ਸੋਚ ਦੇਖ ਸਕਦੇ ਹਾਂ, ਉਹ ਸੱਚ ਦੇਖ ਸਕਦੇ ਹਾਂ ਜੋ ਸਾਨੂੰ ਅੱਜ ਦੀ ਡੇਟ 'ਚ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਅਸੀਂ ਇੰਨਾ ਜ਼ਿਆਦਾ ਅਧਿਐਨ ਨਹੀਂ ਕੀਤਾ। ਠੀਕ ਹੈ? 12ਵਾਂ ਅਸਲੇ ਦੇ ਓਲੇ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ 1 2 3 4 ਹਾਂਜੀ 12ਵੇਂ ਦਾ ਕੀ ਉੱਤਰ ਹੋਊਗਾ ਸ਼ਾਬਾਸ਼ ਓਕੇ ਆਜ਼ਾਦ ਜੀ ਨੇ ਪਹਿਲੇ ਅਨਸਰ ਕਰਤਾ ਹੈ ਬਿਲਕੁਲ ਠੀਕ ਹੈ ਇਸ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਕਿਹੜਾ-ਕਿਹੜਾ ਅਸਲੇ ਦੂਸਰਾ ਹੈ ਓਲੇ ਤੀਸਰਾ ਪੈਰਚਿੱਤਰ ਤੇ ਚੌਥਾ ਹੈਗਾ ਕਿੰਗਰਿਆ ਠੀਕ ਹੈ ਦੇ ਚਾਰ ਦੇ ਚਾਰ ਭਾਗ ਤੁਸੀਂ ਯਾਦ ਰੱਖਣੇ ਆ 13ਵਾਂ ਪ੍ਰਸ਼ਨ ਹੈ ਅਸਲੇ ਦੇ ਓਲੇ ਦੇ ਕਿੰਨੇਵੇਂ ਭਾਗ ਵਿੱਚ ਨਿੱਜੀ ਯਾਦਾਂ ਨੂੰ ਸ਼ਾਮਿਲ ਕੀਤਾ ਗਿਆ ਪਹਿਲੇ ਦੂਸਰੇ ਤੀਸਰੇ ਜਾਂ ਫਿਰ ਚੌਥੇ ਆਨਸਰ ਕਰਨਾ ਹੈ ਪ੍ਰਸ਼ਨ ਨੰਬਰ 13 ਦੇ ਲਈ ਨਿੱਜੀ ਯਾਦਾਂ ਕਿਹੜੇ ਭਾਗ 'ਚ ਸੀਗੀਆਂ ਜੀ 13ਵੇਂ ਦਾ ਆਨਸਰ ਬਹੁਤ ਧਿਆਨ ਨਾਲ ਦੇਣਾ ਓਕੇ ਵੈਰੀ ਗੁੱਡ ਅਜ਼ਾਜੀ ਕੀ ਬਾਤ ਹੈ ਅਜਾ ਤੁਸੀਂ ਜਸਵੰਤ ਸਿੰਘ ਨੇ ਕਿ ਚੰਗੀ ਤਰ੍ਹਾਂ ਪੜ੍ਹ ਕੇ ਆਏ ਹੋ ਸ਼ਾਬਾਸ਼ ਬਿਲਕੁਲ ਠੀਕ ਹੈ ਸ਼ਾਬਾਸ਼ ਸ਼ਾਬਾਸ਼ ਬਿਲਕੁਲ ਪ੍ਰੀ ਜੀ ਕਰਮ ਜੀ ਅਜ਼ਾਜੀ ਅਕਸ਼ਿਤਾ ਜੀ ਜਸਜੀ ਜੀ ਵੈਰੀ ਗ੍ਰੇਟ ਇਹ ਹੈਗਾ ਆ ਤੀਸਰੇ ਭਾਗ ਵਿੱਚ ਠੀਕ ਹੈ ਪਹਿਲੇ ਵਿੱਚ ਕੀ ਦਿਖਾਇਆ ਮਨੁੱਖ ਦੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਦੂਸਰੇ ਵਿੱਚ ਕੀ ਦਿਖਾਇਆ ਇਹਨਾਂ ਦੇ ਪਿਆਰ ਦੇ ਲਈ ਜਿਹੜੇ ਖਿਆਲ ਹੈ ਉਸ ਦੇ ਬਾਰੇ ਵਿੱਚ ਤੀਸਰੇ ਵਿੱਚ ਇਹਨਾਂ ਨੇ ਨਿੱਜੀ ਯਾਦਾਂ ਸ਼ਾਮਿਲ ਕੀਤੀਆਂ ਚੌਥੇ ਭਾਗ ਦੇ ਵਿੱਚ ਇਹਨਾਂ ਨੇ ਨਿੱਕੇ ਨਿੱਕੇ ਸੁਪਨੇ ਦਿਖਾਏ ਨੇ ਓਕੇ 14ਵਾਂ ਪ੍ਰਸ਼ਨ ਕਿਸ ਕਾਵ ਸੰਗ੍ਰਹਿਨ ਦੇ ਲਈ ਪ੍ਰੋਫੈਸਰ ਤੇਜਾ ਸਿੰਘ ਨੇ ਕਿਹਾ ਸੀ ਕਿ ਪੰਜਾਬੀ ਕਵਿਤਾ ਹੁਣ ਜਵਾਨ ਹੋ ਗਈ ਹੈ ਸਮ੍ਰਿਤੀ ਦੀ ਕਿਰਨ ਤੋਂ ਪਹਿਲਾਂ ਕਰੁਣਾ ਦੀ ਛੋਹ ਤੋਂ ਮਗਰੋਂ ਅਸਲੇ ਦੇ ਓਲੇ ਇਹ ਮੇਰੇ ਸੰਸੇ ਇਹ ਮੇਰੇ ਗੀਤ ਪ੍ਰਸ਼ਨ ਨੰਬਰ 14 ਆਨਸਰ ਕਰੋ ਕਈ ਵਾਰ ਇਹ ਉਲਟਾ ਵੀ ਪੁੱਛ ਸਕਦੇ ਆ ਕੀ ਕੀਨੇ ਕਿਆਸੀ ਪੰਜਾਬੀ ਕਵਿਤਾ ਹੁਣ ਜਵਾਨ ਹੋ ਗਈ ਆ ਤਾਂ ਫਿਰ ਵੀ ਤੁਸੀਂ ਯਾਦ ਰੱਖੋਗੇ ਇਹ ਰਹਿਣਗੇ ਜੀ ਪ੍ਰੋਫੈਸਰ ਤੇਜਾ ਸਿੰਘ ਠੀਕ ਹੈ ਤਾਂ 14ਵੇਂ ਦੇ ਲਈ ਫਿਰ ਕੀ ਆਨਸਰ ਆਊਗਾ ਸ਼ਾਬਾਸ਼ ਯੈਸ ਗੁੱਡ 14ਵੇਂ ਦੇ ਲਈ ਆਨਸਰ ਸੀ ਆ ਰਿਹਾ ਓਕੇ ਮੈਨੂੰ ਲੱਗਿਆ ਸੀ ਇੱਥੇ ਤੁਸੀਂ ਕਨਫਿਊਜ਼ ਹੋਗੇ ਬਿਲਕੁਲ ਠੀਕ ਹੈ ਅਸਲੇ ਦੇ ਓਲੇ ਇਹ ਵਾਲਾ ਕਾਵ ਸੰਗਰ ਹੈ ਜਦੋਂ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਪੜਿਆ ਤੇ ਉਦੋਂ ਇਹਨਾਂ ਨੇ ਬੋਲਿਆ ਸੀ ਪੰਜਾਬੀ ਕਵਿਤਾ ਹੁਣ ਜਵਾਨ ਹੋ ਗਈ ਹੈ ਠੀਕ ਹੈ ਇਹ ਬਹੁਤ ਇੰਪੋਰਟੈਂਟ ਹੈਗਾ ਇਸ ਲਈ ਤੁਸੀਂ ਐਸ ਪ੍ਰਸ਼ਨ ਨੂੰ ਯਾਦ ਰੱਖਣਾ ਓਕੇ ਹੁਣ ਦੇਖਦੇ ਆਂ ਅੱਜ ਦਾ ਲਾਸਟ ਕੁਐਸਚਨ ਕਿਸ ਨੇ ਜਸਵੰਤ ਸਿੰਘ ਨੇਕੀ ਨੂੰ ਜੋਰੀ ਕਿਹਾ ਸੀ ਹਾਂਜੀ 15ਵੇਂ ਪ੍ਰਸ਼ਨ ਦੇ ਲਈ ਆਨਸਰ ਕਰੋ ਨਰਿੰਦਰ ਸਿੰਘ ਸੋਹਣ ਸਿੰਘ ਸੀਤਲ ਕਰਤਾਰ ਸਿੰਘ ਦੁੱਗਲ ਭਾਈ ਵੀਰ ਸਿੰਘ ਪ੍ਰਸ਼ਨ ਨੰਬਰ 15 ਜੋਰੀ ਕਿੰਨੇ ਨੇ ਕਿਹਾ ਸੀ ਔਰ ਮੈਂ ਤੁਹਾਨੂੰ ਅੱਗੇ ਵੀ ਬਹੁਤ ਵਾਰ ਕਿਹਾ ਜਦੋਂ ਵੀ ਤੁਸੀਂ ਕੋਈ ਸਹਾਇਤਕਰ ਬੜੋ ਕਿਹੜੇ ਸਹਾਇਤਕਰ ਨੂੰ ਕਿਸੇ ਸਹਾਇਤਕਰ ਨੇ ਕਿਹੜਾ ਨਾਮ ਦਿੱਤਾ ਇਹ ਵਾਲੇ ਪ੍ਰਸ਼ਨ ਤਾਂ ਨਾ ਤੁਹਾਨੂੰ ਭਰ-ਭਰ ਕੇ ਆਉਂਦੇ ਹੁੰਦੇ ਆ ਇਸ ਲਈ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਿਆ ਕਰੋ ਓਕੇ ਵਾਓ ਕਰਮ ਜੀ ਬਹੁਤ अच्छी ਗੱਲ ਹੈ 15 ਵੇ ਦਾ ਸੀ ਕਰਤਾਰ ਸਿੰਘ ਦੁੱਗਲ ਐਬਸੋਲੂਟਲੀ ਰਾਈਟ ਕੀ ਬਾਤ ਹੈ ਬਿਲਕੁਲ ਸਹੀ ਹੈ ਹੈਨਾ ਦੋ ਗੱਲਾਂ ਕਰਨੀਆਂ ਪਰ ਕਿਦਾਂ ਦੀਆਂ ਬਿਲਕੁਲ ਜੋਰੀ ਤਰ੍ਹਾਂ ਫਾਲਤੂ ਗੱਲਾਂ ਨਹੀਂ ਕਰਨੀਆਂ 10 15 20 25 ਨਹੀਂ ਕਰਨ ਵਾਲੇ ਅਸੀਂ ਦੋ ਗੱਲਾਂ ਕਰਾਂਗੇ ਪਰ ਐਨੀਆਂ ਜਿਹੜੀਆਂ ਬਿਲਕੁਲ ਟਿਕਾ ਕੇ ਕੀਤੀਆਂ ਜਾਣ ਹਨਾ ਜੋਰੀ ਤਰ੍ਹਾਂ ਸੋਨੇ ਵਰਗੀਆਂ ਓਕੇ ਤੇ ਤੇਜਾ ਸਿੰਘ ਨੇ ਕਿਹਾ ਸੀ ਪੰਜਾਬੀ ਕਵਿਤਾ ਜਵਾਨ ਹੋ ਗਈ ਹੈ ਕਿਵੇਂ ਯਾਦ ਰੱਖੋਗੇ ਤੇਜਾ ਮਤਲਬ ਤੇਜ਼ੀ ਦੇ ਨਾਲ ਜਵਾਨ ਹੋਣਾ ਠੀਕ ਹੈ ਕਿ ਪੰਜਾਬੀ ਕਵਿਤਾ ਤੇਜ਼ੀ ਤੇਜੀ ਨਾਲ ਜਵਾਨ ਹੋ ਰਹੀ ਹੈ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ ਓਕੇ ਤਾਂ ਦੋਨੋਂ ਫਿਰ ਤੁਹਾਨੂੰ ਕਦੀ ਭੁੱਲਣਗੇ ਵੀ ਨਹੀਂ ਕਰਤਾਰ ਸਿੰਘ ਦੁੱਗਲ ਵਾਲਾ ਤੇ ਤੇਜਾ ਸਿੰਘ ਵਾਲਾ ਓਕੇ ਹਾਂਜੀ ਓਕੇ ਵੀਨਾ ਜੀ ਵੈਲਕਮ ਟੂ ਐਜੂਕੇਸ਼ਨ ਸਟੱਡੀਜ਼ ਡੇਲੀ 8 ਵਜੇ ਤੁਸੀਂ ਕਲਾਸ ਲਗਾ ਸਕਦੇ ਹੋ ਓਕੇ ਤਾਂ ਇਹ ਤੁਸੀਂ ਦੋਨੋਂ ਦੇ ਦੋਨੋਂ ਯਾਦ ਰੱਖ ਲੈਣਾ ਓਕੇ ਤੇ ਇਹਨਾਂ ਦੀਆਂ ਜਿਹੜੀਆਂ ਇੰਪੋਰਟੈਂਟ ਰਚਨਾਵਾਂ ਆ ਇਹਦੇ ਬਾਰੇ ਹੱਲੇ ਅਸੀਂ ਕੱਲ ਵੀ ਹੋਰ ਵੀ ਕੁਐਸਚਨਸ ਕਰਾਂਗੇ ਕੁਝ ਰਚਨਾਵਾਂ ਦੇ ਸਾਲ ਵੀ ਦੇਖਾਂਗੇ ਜਿਹੜੀਆਂ ਕਿ ਜ਼ਿਆਦਾ ਇੰਪੋਰਟੈਂਸ ਰੱਖਦੀਆਂ ਓਕੇ ओके देन थैंक यू सो मच हैव अ गुड डे टेक केयर बाय बाय हां जी किसी भी तरह दी कोई ਤੁਹਾਨੂੰ 인ਫੋ ਚਾਹੀਦੀ ਹੋਏ ਯਾਨੀ ਇਨਫਰਮੇਸ਼ਨ ਚਾਹੀਦੀ ਹੋਏ ਤਾਂ ਤੁਸੀਂ ਜੋ ਨੀਚੇ ਤੁਹਾਨੂੰ ਨੰਬਰ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਰਾਈਟ ओके जी थैंक यू बाय बाय टेक केयर